ਸਾਉਤੋਫ੍ਰਿਕ ਕਰੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਦੇ ਉੱਤੇ ਦੇਸ਼ ਦਾ ਝੰਡਾ ਲਹਿਰਾਇਆ ਗਿਆ ਹੈ 5 ਸਾਲ ਦੀ ਬਿਲਕੁਲ ਛੋਟੀ ਉਮਰ ਬਿਲਕੁਲ ਸਹੀ 5 ਸਾਲ ਦਾ ਤੇਗ ਵੀ ਨੋ ਡਾਊਟ ਤੇਗਵੀਰ ਦੀ ਉਮਰ ਛੋਟੀ ਹੈ ਪਰ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਜੇਪਸੇ ਲੀ ਦੇ ਤਹਿਤ ਟ੍ਰੇਨ ਕਰਨਾ ਸ਼ੁਰੂ ਕਰਦੇ ਹੋ ਬੱਚੇ ਉਸ ਚੀਜ਼ ਨੂੰ ਬਹੁਤ ਛੇਤਰੀ ਐਡਾਪਟ ਕਰਦੇ ਆ ਤੇ ਖੁੱਲੇ ਮਨ ਦੇ ਨਾਲ ਉਸ ਚੀਜ਼ ਨੂੰ ਸਵੀਕਾਰ ਵੀ ਕਰਦੇ ਆ ਮਾਉਂਟ ਐਵਰੇਸ ਬੇਸ ਕੈਂਪ ਜਦੋਂ ਜਾ ਕੇ ਆਏ ਆ ਤਾਂ ਉਹਦੇ ਨਾਲ ਹੀ ਇੰਨੀ ਚੀਜ਼ ਤਾਂ ਕਲੀਅਰ ਹੋ ਗਈ ਸੀ ਕਿ ਲੰਬਾ ਟਰੈਕ ਕਰ ਸਕਦਾ ਹੈ ਤਰੀਜ਼ਹੰਦ ਵਿੱਚ ਐਨੀ ਬਤੌਰ ਤੇ ਤਾਂ ਕਿਸੇ ਨਾਲ ਚੱਲ ਰਹੇ ਹੈ ਬੱਚੇ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਭਾਵੇਂ ਕਿ ਟ੍ਰੇਨਿੰਗ ਜ਼ਰੂਰ ਕੀਤੀ ਗਈ ਹੁੰਦੀ ਉਸ ਚੀਜ਼ ਨੂੰ ਲੈ ਕੇ ਹਰ ਇੱਕ ਚੀਜ਼ ਦਾ ਬੈਕਅਪ ਲਿਆ ਜਾਂਦਾ ਹੁੰਦਾ ਹੈ ਲੇਕਿਨ ਕਿਤੇ ਨਾ ਕਿਤੇ ਇੱਕ ਪਿਤਾ ਦੇ ਰੂਪ ਦੇ ਵਿੱਚ ਮਾਨਸਿਕ ਵਿੱਚ ਕੋਈ ਨਾ ਕੋਈ ਸ਼ੰਕਾ ਤਾਂ ਜ਼ਰੂਰ ਰਹਿੰਦੀ ਹੈ ਹਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਇੰਨਾ ਤਾਂ ਮੈਂ ਸੋਚਿਆ ਹੀ ਨਹੀਂ ਸੀ ਤੇ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜੇ ਤੁਸੀਂ ਕਿਸੇ ਚੀਜ਼ ਲਈ ਬਹੁਤ ਨਿਠ ਕੇ ਤਿਆਰੀ ਕਰਦੇ ਹੋ ਤੇ ਦੂਜਾ ਤੁਸੀਂ ਅਰਦਾਸ ਤੇ ਗੁਰੂ ਤੇ ਭਰੋਸਾ ਰੱਖਦੇ ਹੋ ਤੇ ਫਿਰ ਉਹਦੇ ਤੋਂ ਬਾਅਦ ਸ਼ੰਕਾ ਕਿਤੇ ਨਹੀਂ ਹੁੰਦਾ 5 ਸਾਲ ਦੇ ਤੇਗਵੀਰ ਵੱਲੋਂ ਸਾਊਥ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਦੇ ਉੱਤੇ ਦੇਸ਼ ਦਾ ਝੰਡਾ ਲਹਿਰਾਇਆ ਗਿਆ ਹੈ 5 ਸਾਲ ਦੀ ਬਿਲਕੁਲ ਛੋਟੀ ਜਿਹੀ ਉਮਰ ਬਿਲਕੁਲ ਸਹੀ 5 ਸਾਲ ਦਾ ਤੇਗਵੀਰ ਅਤੇ ਕਿਲੀਮੰਜਾਰੋ ਜੋ ਸਾਊਥ ਅਫਰੀਕਾ ਦਾ ਸਭ ਤੋਂ ਵੱਡਾ ਪਹਾੜ ਆ ਉਹਦੇ ਉੱਤੇ ਜਾ ਕੇ ਝੰਡਾ ਲਹਿਰਾਇਆ ਗਿਆ ਹੈ ਦੇਸ਼ ਦਾ ਦੇਸ਼ ਸੂਬੇ ਅਤੇ ਰੋਪੜ ਦਾ ਨਾਮ ਰੌਸ਼ਨ ਕੀਤਾ ਗਿਆ ਹੈ ਇਸ ਵਕਤ ਤੇਗਵੀਰ ਦੇ ਕੋਲ ਅਸੀਂ ਮੌਜੂਦ ਹਾਂ ਉਸਦੇ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਇਹ ਚੀਜ਼ ਦੀ ਸ਼ੁਰੂਆਤ ਕੀਤੀ ਗਈ ਕਿਉਂਕਿ ਇਸ ਤੋਂ ਪਹਿਲਾਂ ਰੋਪੜ ਦੀ ਸੰਦੀ ਸੂਦ ਵੱਲੋਂ ਵੀ ਇਸ ਜਿਹੜਾ ਕਲੀਮਨਜਰ ਉਸ ਨੂੰ ਫਤਕ ਕੀਤਾ ਗਿਆ ਸੀਗਾ ਦੇਸ਼ ਦਾ ਤਿਰੰਗਾ ਝੰਡਾ ਉਸ ਜਗ੍ਹਾ ਤੇ ਤੇ ਲਹਿਰਾਇਆ ਗਿਆ ਸੀ ਕਰੀਬ ਕਰੀਬ 7 ਤੋਂ 8 ਸਾਲ ਦੀ ਉਸ ਵਕਤ ਉਸ ਦੀ ਉਮਰ ਸੀਗੀ ਤੇ ਤੇਗਵੀਰ ਵੱਲੋਂ ਹੁਣ 5 ਸਾਲ ਦੀ ਉਮਰ ਦੇ ਵਿੱਚ ਨਿੱਕੀ ਦੀ ਉਮਰ ਦੇ ਵਿੱਚ ਆ ਦੇਸ਼ ਦਾ ਨਾਮ ਰੋਸ਼ਨ ਕੀਤਾ ਗਿਆ ਕਲੀਮਨਜਰ ਦੇ ਉੱਤੇ ਤੇ ਇੱਕ ਵੀ ਤੇ ਪਿਤਾ ਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਛੋਟੀ ਉਮਰ ਦੇ ਵਿੱਚ ਵੱਡੀ ਪਲੰਗ ਲਈ ਹੈ ਤੇਗਵੀਰ ਨੇ 5 ਸਾਲ ਦੀ ਛੋਟੀ ਜੀ ਉਮਰ ਜਦੋਂ ਬੱਚੇ ਜ਼ਿਆਦਾਤਰ ਫੋਨ ਦੇ ਉੱਤੇ ਬਿਜ਼ੀ ਹੁੰਦੇ ਨਾ ਜਾਂ ਉਹਨਾਂ ਦਾ ਪੜ੍ਹਾਈ ਦਾ ਸਮਾਂ ਹੁੰਦਾ ਤੇ ਕਰਵਾ ਦਿੱਤਾ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ no doubt ਤੇਗਵੀਰ ਦੀ ਉਮਰ ਛੋਟੀ ਹੈ ਪਰ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਜੇ ਕਿਸੇ ਲੀ ਦੇ ਤਹਿਤ ਟ੍ਰੇਨ ਕਰਨਾ ਸ਼ੁਰੂ ਕਰਦੇ ਹਾਂ ਬੱਚੇ ਉਸ ਚੀਜ਼ ਨੂੰ ਬਹੁਤ ਛੇਤਰੀ ਐਡਾਪਟ ਕਰਦੇ ਆ ਤੇ ਖੁੱਲੇ ਮਨ ਦੇ ਨਾਲ ਉਸ ਚੀਜ਼ ਨੂੰ ਸਵੀਕਾਰ ਵੀ ਕਰਦੇ ਆ ਤੇ ਤੇਗਵੀਰ ਦੇ ਕੇਸ ਦੇ ਵਿੱਚ ਵੀ ਐਸੀ ਜਿੱਦਾਂ ਤੁਸੀਂ ਦੱਸਿਆ ਹੀ ਹੈ ਕਿ ਸਾਨਵੀ ਨੇ ਸਾਡੇ ਸ਼ਹਿਰ ਦੇ ਵਿੱਚੋਂ ਬਹੁਤ ਛੋਟੀ ਉਮਰ ਦੇ ਵਿੱਚ ਇਹ ਚੀਜ਼ ਕੀਤੀ ਤਾਂ ਤੇਗਵੀਰ ਦੀ ਵੀ ਸਰੀਰਕ ਡੀਲਡਾਲ ਜਾਂ ਇਹਦੀ ਮਾਨਸਿਕ ਵਸਤਾ ਉਸ ਤਰੀਕੇ ਦੀ ਲੱਗੀ ਕਿ ਇਹ ਕਰ ਸਕਦਾ ਹੈ ਜੇ ਇਹਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਵੇ ਤੇ ਇੱਕ ਡਿਸਿਪਲਨ ਦੇ ਵਿੱਚ ਇਹਦਾ ਲਾਈਫਸਟਾਈਲ ਵੀ ਇੰਪਰੂਵ ਹੋ ਸਕਦਾ ਸੋ ਉਸੇ ਤਹਿਤ ਕੋਚ ਵਿਕਰਮਜੀਤ ਸਿੰਘ ਘੁੰਮਣ ਦੇ ਕੋਲ ਅਸੀਂ ਟ੍ਰੇਨਿੰਗ ਸਟਾਰਟ ਕੀਤੀ ਤੇ ਉਹਨਾਂ ਨੇ ਸਾਨੂੰ ਇਸ ਚੀਜ਼ ਦੇ ਲਈ ਪ੍ਰੇਰਿਆ ਤੇ ਤੇ ਮੈਂ ਸ਼ੁਕਰ ਗੁਜ਼ਾਰ ਰਿਹਾ ਕਿ ਨਤੀਜੇ ਉਹਦਾਂ ਦੇ ਸਾਰਥਕ ਆ ਤੇਗਵੀਰ ਨੇ ਇਸੇ ਸਾਲ April ਦੇ ਵਿੱਚ ਹੀ ਮਾਉਂਟ ਐਵਰੇਸਟ ਬੇਸ ਕੈਂਪ ਜਿਹੜਾ 5364 ਮੀਟਰ ਦੀ ਹਾਈਟ ਤੇ ਆ ਉੱਥੇ ਤੱਕ ਉਹ ਗਿਆ ਸੀ ਤੇਗਵੀਰ ਤੇ ਅਪ੍ਰੈਲ ਤੋਂ ਬਾਅਦ ਆ 3 ਮਹੀਨਿਆਂ ਬਾਅਦ ਅਗਸਤ ਦੇ ਵਿੱਚ ਅਸੀਂ ਮਾਉਂਟ ਕਿਲੀਮੰਜਾਰੋ ਜਿਹੜੀ ਆਫਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਉਹਨੂੰ ਤੇਗਵੀਰ ਨੇ ਸਰ ਕੀਤਾ ਤੇ ਏਸ਼ੀਆ ਮਹਾਦੀਪ ਦਾ ਸਭ ਤੋਂ ਛੋਟੀ ਉਮਰ ਦਾ ਆ ਮਾਉਂਟੇਨਿਅਰ ਬਣਿਆ ਇਹ ਇਹਦੇ ਨਾਲ ਥੋੜਾ ਫਕਰ ਮਹਿਸੂਸ ਹੁੰਦਾ ਵੀ ਹਾਲੇ 5 ਸਾਲਾਂ ਦਾ ਹੈ ਤੇ ਇੱਕ ਐਡਾ ਵੱਡਾ ਰਿਕਾਰਡ ਉਹਨੇ ਆਪਣੇ ਨਾਮ ਦੇ ਲਈ ਭਾਵੇਂ ਤੁਸੀਂ ਵੀ ਨਾਲ ਸੀ ਹੈ ਆ ਤੁਹਾਡਾ ਵੀ ਪੂਰਾ ਜੀ ਯੋਗਦਾਨ ਉਸ ਚੀਜ਼ ਦੇ ਵਿੱਚ ਹੈਗਾ ਹੈ ਆ ਸੋਚਿਆ ਸੀਗਾ ਤੁਸੀਂ ਵੀ ਇਹ ਚੀਜ਼ ਹੋ ਜਾਏਗੀ ਆ ਨਹੀਂ ਬਿਲਕੁਲ ਅਸੀਂ ਤਿਆਰੀ ਸੋਚ ਕੇ ਹੀ ਕਰ ਰਹੇ ਸੀ ਕੀ ਚੀਜ਼ ਹੋ ਸਕਦੀ ਹੈ ਕਿਉਂਕਿ ਤੇਗਵੀਰ ਨੂੰ ਜਦੋਂ ਪਹਿਲਾਂ ਜਿਹੜਾ ਮਾਉਂਟ ਐਵਰੇਸਟ ਬੇਸ ਕੈਂਪ ਹੈ ਉਹ ਇੱਕ ਰਿਹਰਸਲ ਵਾਂਗੂੰ ਸੀ ਤੇ ਮਾਉਂਟ ਐਵਰੇਸਟ ਬੇਸ ਕੈਂਪ ਜਦੋਂ ਜਾ ਕੇ ਆਏ ਆ ਤਾਂ ਉਹਦੇ ਨਾਲ ਹੀ ਇੰਨੀ ਚੀਜ਼ ਤਾਂ ਕਲੀਅਰ ਹੋ ਗਈ ਸੀ ਕਿ ਲੰਬਾ ਟਰੈਕ ਕਰ ਸਕਦਾ ਹੈ ਮਾਉਂਟ ਐਵਰੇਸਟ ਬੇਸ ਕੈਂਪ ਦੇ ਉੱਤੇ ਅਸੀਂ ਆਲਮੋਸਟ 8 ਦਿਨ ਤੁਰੇ ਸੀ ਤੇ ਇੱਥੇ ਕਿਤੇ ਨਾ ਕਿਤੇ ਸਾਨੂੰ ਪਤਾ ਸੀ ਕਿ 7ਵੇਂ ਦਿਨ ਅਸੀਂ ਥੱਲੇ ਆ ਜਾਣਾ ਜਿਹੜੀ ਚੜਾਈ ਚੜਨ ਵਾਲੀ ਹੈ ਉਹ 5 ਤੋਂ 6 ਦਿਨ ਦੀ ਹੋਈ ਹੈ ਸੋ ਉਹ ਫਿਜ਼ੀਕਲ ਐਬਿਲਿਟੀ ਜੇਰੀ ਸਰੀਰਕ ਸਮਰਥਾ ਤਾਂ ਮੈਂ ਉੱਥੇ ਬੇਸ ਕੈਂਪ ਦੇ ਉੱਤੇ ਹੀ ਅੰਦਾਜ਼ਾ ਸੀ ਕਿ ਤੁਰ ਸਕਦਾ ਹੈ ਤਾਂ ਫਿਰ ਸਿਰਫ ਤਿਆਰੀ ਇਸ ਹਿਸਾਬ ਨਾਲ ਕੀਤੀ ਕਿ ਹੁਣ ਤਕਰੀਬਨ 6000 ਮੀਟਰ ਦੇ ਲਾਗੇ ਜਾਣਾ ਹੈ ਅਸੀਂ ਇਹਨੂੰ ਕਰ ਸਕੀਏ ਤੇ ਠੀਕ ਹੈ ਨਤੀਜੇ ਉਹਦੇ ਹਿਸਾਬ ਨਾਲ ਹੀ ਆਏ ਪੰਜ ਸਾਲਾਂ ਦਾ ਤੇਗਵੀਰ ਸੀਗਾ ਇਸ ਦੇ ਬੈਚ ਦੇ ਵਿੱਚ ਸਭ ਤੋਂ ਵੱਧ ਉਮਰ ਵਾਲੇ ਕਿਹੜੇ ਸੀਗੇ ਐਵਰੇਜ ਉਮਰ ਕਿੰਨੀ ਸੀਗੀ ਕਿਉਂਕਿ ਇਹ ਤਾਂ ਸਭ ਤੋਂ ਛੋਟਾ ਹੋਏਗਾ ਇਹ ਤਾਂ ਗੱਲ ਪੱਕੇ ਸ਼ਰਤੀ ਆਈ ਹੈ ਅ ਬੱਚਾ ਉੱਥੇ ਇਹੀ ਸੀ ਜਿਸ ਟਾਈਮ ਤੇ ਅਸੀਂ ਕਿਲੀ ਮੰਜਾਰੋ ਦੀ ਚੜ੍ਹਾਈ ਕੀਤੀ ਹੈ 6 ਦਿਨ ਦਾ ਸੀ ਸਾਡਾ 6ਵੇਂ ਦਿਨ ਅਸੀਂ ਉਹਦੀ ਸਮਿਟ ਤੇ ਪਹੁੰਚੇ ਹਾਂ ਮੈਂ 6 ਦਿਨਾਂ ਦੇ ਵਿੱਚ ਕੋਈ ਬੱਚਾ ਨਹੀਂ ਹੋਰ ਦੇਖਿਆ ਉੱਥੇ ਸਾਰੇ ਵੱਡੇ ਹੀ ਸੀ ਐਵਰੇਜ ਏਜ ਕਿੰਨੀ ਹੋਏਗੀ ਉੱਥੇ ਕਿਉਂਕਿ ਐਵਰੇਜ ਏਜ 40-45 ਸਾਲ ਮਤਲਬ ਜਿਸ ਤਰ੍ਹਾਂ ਦੀ ਉਹ ਪੀਕ ਹੈ ਜਿਸ ਤਰ੍ਹਾਂ ਦੀ ਉਹ ਮਾਊਂਟੇਨਸ ਨੇ ਉਹ ਉੱਥੇ ਆਕਸੀਜਨ ਲੈਵਲ ਬੜਾ ਅਪ ਡਾਊਨ ਚੱਲਦਾ ਹੈ ਕਰੀ ਜ਼ਹਿਨ ਦੇ ਵਿੱਚ ਆਣੀ ਹੈ ਬਤੌਰ ਪਿਤਾ ਕਿ ਤੁਸੀਂ ਨਾਲ ਚੱਲ ਰਹੇ ਹੋ ਬੱਚੇ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਭਾਵੇਂ ਕਿ ਟ੍ਰੇਨਿੰਗ ਜ਼ਰੂਰ ਕੀਤੀ ਗਈ ਹੁੰਦੀ ਉਸ ਚੀਜ਼ ਨੂੰ ਲੈ ਕੇ ਹਰ ਇੱਕ ਚੀਜ਼ ਦਾ ਬੈਕਅਪ ਲਿਆ ਜਾਂਦਾ ਹੁੰਦਾ ਹੈ ਲੇਕਿਨ ਕਿਤੇ ਨਾ ਕਿਤੇ ਇੱਕ ਪਿਤਾ ਦੇ ਰੂਪ ਦੇ ਵਿੱਚ ਮਨ ਦੇ ਵਿੱਚ ਕੋਈ ਨਾ ਕੋਈ ਸ਼ੰਕਾ ਤਾਂ ਜ਼ਰੂਰ ਰਹਿੰਦੀ ਹੈ ਨਾ ਅ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਇੰਨਾ ਤਾਂ ਮੈਂ ਸੋਚਿਆ ਹੀ ਨਹੀਂ ਤੇ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜੇ ਤੁਸੀਂ ਕਿਸੇ ਚੀਜ਼ ਲਈ ਬਹੁਤ ਨੇਠ ਕੇ ਤਿਆਰੀ ਕਰਦੇ ਹੋ ਤੇ ਦੂਜੇ ਤੁਸੀਂ ਅਰਦਾਸ ਤੇ ਗੁਰੂ ਤੇ ਭਰੋਸਾ ਰੱਖਦੇ ਹੋ ਤੇ ਫਿਰ ਉਹਦੇ ਤੋਂ ਬਾਅਦ ਸ਼ੰਕਾ ਕਿਤੇ ਨਹੀਂ ਹੁੰਦਾ ਹਾਂ ਤੁਸੀਂ ਹਰ ਤਰ੍ਹਾਂ ਦੀ ਜਦੋਂ ਇਦਾਂ ਦੇ ਪਹਾੜਾਂ ਤੇ ਚੜਦੇ ਹੋ ਤਾਂ ਤੁਸੀਂ ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਨਾਲ ਟੈਕਲ ਕਰਨ ਦੇ ਲਈ ਜਿੱਥੇ ਤੱਕ ਤੁਹਾਡੀ ਸਮਰੱਥਾ ਤੁਸੀਂ ਤਿਆਰੀ ਕੀਤੀ ਹੁੰਦੀ ਹੈ ਤੇ ਅਸੀਂ ਵੀ ਜਿੱਦਾਂ 노 ਡਾਊਟ ਸਾਡੇ ਜੇਨ ਦੇ ਵਿੱਚ ਸੀ ਕਿ ਉੱਥੇ ਆਕਸੀਜਨ ਬਹੁਤ ਜ਼ਿਆਦਾ ਘਟਦੀ ਹੈ ਤੇ ਅ ਬੈਕਅਪ ਦੀ ਲੋਡ ਪੈ ਸਕਦੀ ਹੈ ਤਾਂ ਆਕਸੀਜਨ ਸਿਲੰਡਰ ਬੈਕਅਪ ਦੇ ਵਿੱਚ ਹੁੰਦੇ ਜਿਹੜੀ ਏਜੰਸੀ ਅਸੀਂ ਹਾਇਰ ਕੀਤੀ ਸੀ ਉਹ ਇੱਕ ਬੱਚੇ ਨੂੰ ਪਹਿਲੀ ਵਾਰ ਲੈ ਕੇ ਜਾ ਰਹੇ ਸੀ ਇਹਦੇ ਤੋਂ ਪਹਿਲਾਂ ਉਹਨਾਂ ਨੇ ਦੋ ਬੱਚੇ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਲੈ ਕੇ ਗਏ ਆ ਬਟ ਅਸੀਂ ਸਿਰਫ 4000 ਮੀਟਰ ਤੱਕ ਲੈ ਕੇ ਗਏ ਆ ਸੋ ਇਹਦੇ ਲਈ ਤਿਆਰੀ ਉਹਨਾਂ ਨੇ ਵੀ ਐਕਸਟਰਾ ਕੀਤੀ ਉਹਨਾਂ ਨੇ ਆਕਸੀਜਨ ਸਿਲੰਡਰਸ ਦੋ ਰੱਖੇ ਸੀ ਆਪਣੇ ਕੋਲ ਕਿ ਕਿਤੇ ਵੀ ਲੋਡ ਪੈਂਦੀ ਹੈ ਫਰਸਟ ਏਡ ਕਿਟਸ ਤੇ ਸਾਰੇ ਦਵਾਈਆਂ ਮੈਂ ਵੀ ਲੈ ਕੇ ਗਿਆ ਬੱਚਾ ਆ ਬਿਮਾਰ ਹੋ ਜਾਂਦਾ ਜਕਾਮ ਵੀ ਹੁੰਦਾ ਖੰਗ ਵੀ ਹੁੰਦੀ ਐ ਸੋ ਕਿਤੇ ਢਿੱਡ ਦੁਖਨ ਢਿੱਡ ਦੁਖਦਾ ਐ ਸੋ ਅਲਟੀਮੇਟਲੀ ਉਹ ਸਾਰੀਆਂ ਦਵਾਈਆਂ ਸੀ ਨਾਲ ਰੱਖੀਆਂ ਸੀ ਬਸ ਠੀਕ ਰਿਹਾ ਤਿਆਰੀ ਦੇ ਉੱਤੇ ਭਰੋਸਾ ਸੀ ਗੁਰੂ ਤੇ ਭਰੋਸਾ ਸੀ ਉਹਦੇ ਆਸਰੇ ਤੁਰਦੇ ਰਹੇ ਤੇ ਜਿੱਥੇ ਕਿਤੇ ਕਿਸੇ ਤਮਾਰਦਾਰੀ ਦੀ ਲੋੜ ਪਈ ਉਹਨਾਂ ਕ ਅਸੀਂ ਆਪਣੇ ਕੋਲ ਲੈ ਕੇ ਚੱਲਦੇ ਸੀ ਕਿੰਨਾ ਕਿੰਨਾ ਖਰਚ ਆਇਆ ਇਸ ਸਾਰੀ ਚੀਜ਼ ਦੇ ਉੱਤੇ ਕਿਉਂਕਿ ਆਸਾਨ ਨਹੀਂ ਹੁੰਦਾ ਹੈਗਾ ਅ ਮੱਧ ਵਰਗੀ ਪਰਵਾਰਾਂ ਦੇ ਲਈ ਕਿਉਂਕਿ ਜਦੋਂ ਤੁਸੀਂ ਅਬ੍ਰਾਡ ਟ੍ਰੈਵਲ ਕਰਦੇ ਆ ਇਹ ਟਿਕਟਸ ਹੁੰਦੀਆਂ ਉੱਥੇ ਰਹਿਣਾ ਹੁੰਦਾ ਹੈ ਹੋਰ ਛੋਟੇ ਨਿੱਕੇ ਮੋਟੇ ਖਰਚੇ ਆ ਰਹੇ ਹੁੰਦੇ ਜਿਹੜੇ ਗਿਣਤੀ ਦੇ ਵਿੱਚ ਵੀ ਨਹੀਂ ਆਉਂਦੇ ਹੈਗੇ ਭਾਵੇਂ ਕਿ ਸ਼ੁਰੂ ਕਰ ਦਿੱਤਾ ਗਿਆ ਹੈ ਹੁਣ ਅਗਲਾ ਵੀ ਕੋਈ ਤੁਸੀਂ ਪਲਾਨ ਜ਼ਰੂਰ ਕਰਦੇ ਹੋਵੋਗੇ ਭਾਵੇਂ ਕਿ ਸਨਵੀ ਵੀ ਕਰਦੀ ਹੈ ਪਲਾਨ ਕਿਉਂਕਿ ਸਨਵੀ ਵੱਲੋਂ ਸ਼ੁਰੂਆਤ ਕੀਤੀ ਗਈ ਸੀਗੀ ਇਸ ਚੀਜ਼ ਨੂੰ ਲੈ ਕੇ ਤੇ ਇੱਕ ਵੀਰ ਹੁਣ ਉਹਦੇ ਨਕਸ਼ੇਕਦਮਾਰੇ ਚੱਲ ਰਿਹਾ ਹੈ ਲੇਕਿਨ ਇਹ ਇੱਕ ਬਹੁਤ ਮਹਿੰਗੀ ਸਪੋਰਟਸ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਹੈ ਕਿੰਨਾ ਕ ਖਰਚ ਆਇਆ ਤਾਂ ਕਿ ਜੇ ਕੋਈ ਅਡਾਪਟ ਕਰਨਾ ਚਾਹੁੰਦਾ ਇਸ ਉਸ ਨੂੰ ਇੱਕ ਅੰਦਾਜ਼ਾ ਹੋ ਜਾਵੇ ਕਿ ਜ਼ੈਨੀ ਤੌਰ ਤੇ ਪਰਪੱਕ ਹੋ ਜਾਵੇ ਆ ਸਰ ਬੇਸਿਕਲੀ ਇੱਕ ਤਾਂ ਹੈ ਆਰਗੇਨਾਈਜ਼ਡ ਸਪੋਰਟਸ ਨਹੀਂ ਹੈਗੀ ਥਿਸ ਇਜ਼ ਐਡਵੈਂਚਰ ਸਪੋਰਟਸ ਤੇ ਐਡਵੈਂਚਰ ਸਪੋਰਟਸ ਦਾ ਖਰਚਾ ਦੂਜਿਆਂ ਦੇ ਨਾਲੋਂ ਸਦਾ ਜ਼ਿਆਦਾ ਹੀ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਤੁਹਾਡੀਆਂ 에ਅ ਟਿਕਟਸ ਤਾਂ ਚਲੋ ਇੱਕ ਬਹੁਤ ਮਾਮੂਲੀ 파ਟ ਰਹਿ ਜਾਂਦਾ ਉਹਦਾ ਕਿ ਤੁਹਾਡਾ ਆਉਣ ਜਾਣ ਦਾ ਜਿਹੜਾ ਖਰਚਾ ਉਹਦੇ ਤੋਂ ਇਲਾਵਾ ਇਹ ਹੈ ਕਿ ਜਦੋਂ ਅਸੀਂ ਮਾਊਂਟੇਨਰਿੰਗ ਦੇ ਵਿੱਚ ਦੇਖਦੇ ਹਾਂ ਤਾਂ ਸਾਨੂੰ ਇੱਕ ਪਾਰਟਿਕੂਲਰ ਏਜੰਸੀ ਹਾਇਰ ਕਰਨੀ ਪੈਂਦੀ ਹੈ ਜਿਹਦੇ ਵਿੱਚ ਸਾਨੂੰ ਗਾਈਡ ਵੀ ਦਿੰਦੇ ਆ ਉਹ ਕਿਉਂਕਿ ਸਾਡੇ ਲਈ ਸਾਰੀਆਂ ਜਗ੍ਹਾ ਨਵੀਆਂ ਨੇ ਅਸੀਂ ਸਿੱਧੇ ਆਪ ਨਹੀਂ ਜਾ ਸਕਦੇ ਹਾਂ ਜਿਹੜੀ ਜਗ੍ਹਾ ਤੇ ਜਾ ਕੇ ਆਏ ਆ ਉੱਥੇ ਦਾ ਪਤਾ ਆ ਤੇ ਬਟ ਅਲਟੀਮੇਟਲੀ ਗਾਈਡ ਵੀ ਚਾਹੀਦੇ ਆ ਉੱਥੇ ਪੋਰਟਰਸ ਵੀ ਹੁੰਦੇ ਆ ਜਿਹੜਾ ਹੁਣ ਸਾਡਾ ਸਮਾਨ ਆ 15 20 ਕਿਲੋ ਉਹਸੀਂ ਆਪ ਚੱਕ ਕੇ ਤਾਂ ਤੁਰ ਨਹੀਂ ਸਕਦੇ ਤਾਂ ਇਕੱਲੇ ਇਕੱਲੇ ਦਾ ਇੰਨਾ ਹੋ ਜਾਂਦਾ ਆ ਤਾਂ ਉਹਦੇ ਲਈ ਉਹ ਤਿੰਨ ਤੋਂ ਚਾਰ ਪੋਰਟਰ ਵੀ ਹੁੰਦੇ ਹੁਣ ਸਾਡੀ ਟੀਮ ਦੇ ਵਿੱਚ ਹੀ ਨੌ ਜਣੇ ਸੀ ਉਹਦੇ ਵਿੱਚ ਦੋ ਗਾਈਡ ਸੀ ਚਾਰ ਪੋਰਟਰ ਸੀ ਇੱਕ ਕੁੱਕ ਸੀ ਨਾਲ ਉਹਦੇ ਇੱਕ ਵਰਤੌਣ ਵਾਲਾ ਵੀ ਹੁੰਦਾ ਆ ਤੇ ਅਲਟੀਮੇਟਲੀ ਇੱਕ ਉਹਨਾਂ ਦਾ ਮੈਡੀਕਲ ਸਪੈਸ਼ਲਿਸਟ ਹੁੰਦਾ ਆ ਜਿਹੜਾ ਮੈਡੀਸਿਨਸ ਲੈ ਕੇ ਨਾਲ ਚੱਲਦਾ ਸੋ ਤਕਰੀਬਨ ਉਹਦਾ ਖਰਚਾ ਤੇ ਆਉਂਦਾ ਹੀ ਆਉਂਦਾ ਆ ਤੇ ਆਈ ਬਲੀਵ ਕਿ ਹਾਂ ਇਹਦੇ ਵਿੱਚ ਇਹੀ ਹੈ ਕਿ ਜੇ ਤੁਸੀਂ ਬੱਚਿਆਂ ਨੂੰ ਮਾਊਂਟੇਨਿੰਗ ਕਰਵਾਉਣੀ ਆ ਤਾਂ ਤੁਹਾਨੂੰ ਰਿਸੋਰਸਫੁਲ ਹੋਣਾ ਪਊਗਾ ਤੁਸੀਂ ਆਪਣੇ ਕੋਲ ਉਹਨੇ ਰਿਸੋਰਸਸ ਰੱਖ ਕੇ ਚੱਲੋ ਕਿਉਂਕਿ ਖਰਚਾ ਤੇ ਆਏਗਾ ਖਾਸ ਕਰਕੇ ਆਪਣੇ ਇੰਡੀਆ ਦੇ ਵਿੱਚ ਬਹੁਤ ਹਾਈएस्ट ਪੀਕਸ ਐ ਨਹੀਂ ਨਾਰਮਲੀ ਤੁਸੀਂ ਬੇਸ ਕੈਂਪ ਵੀ ਲਾਉਣਾ ਤਾਂ ਤੁਸੀਂ ਨੇਪਾਲ ਜਾਓਗੇ ਤਾਂ ਅਲਟੀਮੇਟਲੀ ਜਿੰਨੀਆਂ ਵੀ ਹਿਮਾਲੀਅਨ ਪੀਕਸ ਲੱਗਣੀਆਂ ਆ ਜਾਂ ਹਿਮਾਲਿਆ ਤੋਂ ਬਾਹਰ ਦੁਨੀਆ ਦੇ ਵਿੱਚ ਲੱਗਣੀਆਂ ਤੁਸੀਂ ਐਬ੍ਰੋਡ ਟਰੈਵਲ ਕਰਨਾ ਆ ਉੱਥੇ ਖਰਚਾ ਡਾਲਰਸ ਦੇ ਵਿੱਚ ਹੀ ਹੋਣਾ ਹੈ ਤਾਂ ਅਲਟੀਮੇਟਲੀ ਖਰਚਾ ਹੋ ਜਾਂਦਾ ਹੈ ਤਕਰੀਬਨ 7 ਤੋਂ 8 ਲੱਖ ਦਾ ਸਾਡਾ ਵੀ ਹੋਇਆ ਹੈ ਤੇ ਇਹ ਵਾਲਾ ਸਰਟੀਫਿਕੇਟ ਤੁਹਾਨੂੰ ਇਹ ਕਿਹਦੇ ਵੱਲੋਂ ਦਿੱਤਾ ਗਿਆ ਹੈ ਆ ਇਹ ਜਿਹੜਾ ਸਰਟੀਫਿਕੇਟ ਹੈ ਸਾਨੂੰ ਕਨਜ਼ਰਵੇਸ਼ਨ ਕਮਿਸ਼ਨਰ ਵੱਲੋਂ ਮਿਲਦਾ ਤੰਜ਼ਾਨੀਆ ਨੈਸ਼ਨਲ ਪਾਰਕਸ ਦੇ ਇਹ ਜਿਹੜੇ ਮਾਉਂਟ ਕਿਲੀਮੰਜਾਰੋ ਆ ਛੋਟੀ ਸਰਕਰਨ ਤੋਂ ਬਾਅਦ ਜਦੋਂ ਅਸੀਂ ਥੱਲੇ ਆਉਨੇ ਆ ਗੇਟ ਦੇ ਉੱਤੇ ਉਹਨਾਂ ਦਾ ਆਫਿਸ ਹੁੰਦਾ ਉਹ ਸਾਡੀਆਂ ਉੱਥੇ ਦੀਆਂ ਸਾਰੀਆਂ ਫੋਟੋਜ਼ ਦੇਖਦੇ ਐ ਤੇ ਫਿਰ ਸਾਡੇ ਗਾਈਡ ਦੇ ਇੰਟਰਵਿਊ ਹੁੰਦੀ ਹੈ ਫਿਰ ਸਾਡੀ ਇੰਟਰਵਿਊ ਹੁੰਦੀ ਹੈ ਉਹ ਸਾਰੀ ਤਫਦੀਸ਼ ਕਰਨ ਤੋਂ ਬਾਅਦ ਪ੍ਰੋਪਰਲੀ ਉਹਦੇ ਤੋਂ ਬਾਅਦ ਸਾਨੂੰ ਇਹ ਸਰਟੀਫਾਈਡ ਕਰ ਦਿੰਦੇ ਉਹਨਾਂ ਨੂੰ ਹਾਂਜੀ ਇਹ ਉਹਨਾਂ ਵੱਲੋਂ ਐ ਲਾਈਕ ਇੱਕ ਗਵਰਨਮੈਂਟ ਆਫੀਸ਼ੀਅਲ ਡਾਕੂਮੈਂਟ ਹੈ ਜਿਹੜਾ ਸਰਟੀਫਾਈ ਕਰਦਾ ਕਿ ਅਸੀਂ ਇਹ ਛੋਟੀ ਸਰ ਕੀਤੀ ਹੈ ਤਕਵੀਰ ਨਾਲ ਵੀ ਗੱਲਬਾਤ ਕਰਾਂਗੇ ਥੋੜਾ ਸ਼ਰਾਰਤੀ ਸੁਭਾਅ ਦਾ ਸਵਭਾਵਿਕ ਜਾਏਗੀ 5 ਸਾਲ ਦੀ ਉਮਰ ਦੇ ਵਿੱਚ ਸ਼ਰਾਤ ਬੱਚੇ ਨੂੰ ਹੀ ਫੁਰੂਗੀ ਤਾਂ ਹੋਰ ਕਿਹਨੂੰ ਫੁਰੂਗੀ ਉਹਨਾਂ ਨਾਲ ਗੱਲਬਾਤ ਕਰਦੇ ਆ ਫਿਲਹਾਲ ਵੀ ਇਸ ਵਕਤ ਥੋੜਾ ਸ਼ਰਾਤ ਦੇ ਮੂਡ ਦੇ ਵਿੱਚ ਬੈਠਾ ਹੈ ਉਹਨਾਂ ਨਾਲ ਗੱਲਬਾਤ ਤੇ ਇਕਵਿਰ ਕਿਦਾਂ ਹੋ ਬੋਲੋ ਮਰੀਆ ਤੋਰੀਆ ਅੱਛਾ ਤੇ ਇਕਵਿਰ ਕਿੰਨੀ ਠੰਡ ਸੀਗੀ ਉੱਥੇ ਜ਼ਿਆਦਾ ਜ਼ਿਆਦਾ ਖਾਣ ਪੀਣ ਨੂੰ ਕੀ ਕੀ ਮਿਲੇ ਆ ਉੱਥੇ ਜਦੋਂ ਚੜਾਈ ਕਰਦੇ ਵੇ ਸੀ ਸੁੱਕ ਤੇ ਦਲੀਆ ਜੀ ਖੁਸਤੇ ਚਾਲ ਸਤਵੋਦ ਕੀ ਅੱਛਾ ਲੱਗਿਆ ਉੱਥੇ ਠੰਡ ਦੇ ਵਿੱਚ ਖਾਣ ਨੂੰ ਜੂਸ ਜੂਸ ਅੱਛਾ ਅ ਕਿਹੜੀ ਚੀਜ਼ ਦਾ ਦਰ ਲੱਗਦਾ ਪਿਆ ਸੀ ਹਵਾ ਤੇਜ਼ ਸੀਗੀ ਉੱਥੇ ਹੈਗੀ ਸੀ ਫਿਰ ਦਿਲ ਇਹ ਦਿਲ ਨੇ ਇਦਾਂ ਨਹੀਂ ਕਿ ਆਪੇ ਆਪਾਂ ਵਾਪਸ ਚਲੀਏ ਨਹੀਂ ਹੂੰ ਠੀਕ ਆ ਵੈਰੀ ਗੁੱਡ ਪਾਪਾ ਨੇ ਕਿੰਨੀ سپورਟ ਕੀਤੀ ਜ਼ਿਆਦਾ ਜ਼ਿਆਦਾ ਅੱਛਾ ਅ ਸਕੂਲ ਵਾਪਸ ਆ ਕੇ ਕਿਦਾਂ ਦਾ ਲੱਗਿਆ ਜਦੋਂ ਸਾਰੇ ਆ ਨੇ ਤੁਹਾਡਾ ਵੈਲਕਮ ਕੀਤਾ ਵਧੀਆ ਵਧੀਆ اچھا ਇੱਕ ਗੱਲ ਦੱਸੋ ਅ ਅੱਗੇ ਜਾਣ ਦਾ ਮਨ ਹੈ ਹੋਰ ਪਹਾੜੀਆਂ ਉੱਤੇ ਜਾਣ ਦਾ ਮਨ ਹੈ ਹੈਗਾ ਘੁੰਮਣ ਦਾ ਸ਼ੌਂਕ ਹੈ ਹੁਣ ਹੈਗਾ ਹੈਗਾ ਠੀਕ ਹੈ ਸੁਭਾਵਿਕ ਦੀ ਗੱਲ ਹੈ ਕਿ 5 ਸਾਲ ਦਾ ਬੱਚਾ ਹੈ ਤੇ ਬਹੁਤ ਲਿਮਟਿਡ ਜਾਈ ਬੋਲ ਰਿਹਾ ਨੇ ਤੇ ਸ਼ਰਾਰਤੀ ਸੁਭਾਅ ਚਿਹਰੇ ਤੋਂ ਹੀ ਪਤਨ ਲੱਗਦਾ ਪਿਆ ਲੇਕਿਨ 5 ਸਾਲ ਦੀ ਉਮਰ ਦੇ ਵਿੱਚ ਜਿਹੜੀ ਕਿਲੀ ਮੰਜਾਰੋ ਚੋਟੀ ਹੈ ਉਹਦੇ ਉੱਤੇ ਫਤਿਹ ਕੀਤੀ ਆ ਦੇਸ਼ ਦਾ ਝੰਡਾ ਲਹਿਰਾਇਆ ਉਹਦੇ ਉੱਤੇ ਖਾਲਸਾ ਝੰਡਾ ਲਹਿਰਾਇਆ ਹੈ ਤੇ ਦੇਸ਼ ਸੂਬੇ ਵਿੱਚ ਰੋਪੜ ਸ਼ਹਿਰ ਦਾ ਨਾਮ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਫਿਲਹਾਲ ਪਿਤਾ ਦੇ ਨਾਲ ਗੱਲਬਾਤ ਕੀਤੀ ਹੈ ਅਰੀਏ ਅਸੀਂ ਜਲਦ ਕਰਾਂਗੇ ਤੇ ਜਿਹੜਾ ਤੇਗਵੀਰਾ ਉਹ ਇਸ ਤਰ੍ਹਾਂ ਹੀ ਸੂਬੇ ਦੇ ਵਿੱਚ ਅਤੇ ਦੇਸ਼ ਦੇ ਵਿੱਚ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕਰਦਾ ਰਹੇਗਾ ਨਿਊਜ਼ ਹੈਟ ਪੰਜਾਬ ਦੇ ਲਈ ਮੈਂ ਮਨਪੀ ਚਾਹ ਰੂਪਨ